ਸਾਡੇ ਜਿਹੜੇ ਜਰਨੈਲ ਹੈ ਉਹ ਕੌਮ ਦੀ ਗੱਲ ਨਹੀਂ ਕਰਦੇ, ਉਹ BJP ਅਤੇ ਕਾਂਗਰਸ ਦੇ ਅਸਰ ਹੇਠ ਆ ਕੇ ਬੜਕ ਮਾਰਨ ਦੀ ਥਾਂ 'ਤੇ ਮਿਆਓ ਮਿਆਓ ਕਰਨ ਲੱਗ ਪਏ ਹੈ। ਤੁਹਾਨੂੰ ਸਿਰਫ ਖਾਲਿਸਤਾਨ ਦੇ ਨਾਲ ਜੋੜ ਕੇ ਦੇਖਿਆ ਜਾਂਦਾ, ਔਰ ਤੁਸੀਂ ਅੱਜ ਇੱਕ ਨੌਜਵਾਨਾਂ ਦੀ ਗੱਲ ਕਰ ਰਹੇ ਹੋ। ਸਿੱਖ ਦੇ ਮਨ ਦੇ ਵਿੱਚ ਆਜ਼ਾਦੀ ਫਿਰਦੀ ਹੈ ਤਾਂ ਤੁਸੀਂ ਮੈਨੂੰ ਪੁੱਛਦੇ ਹੋ ਅੱਜ ਵੀ, ਇਹ ਤਾਂ ਜਿੰਨਾ ਚਿਰ ਮਿਲੂਗੀ ਨਹੀਂ ਅਸੀਂ ਲੜੀ ਜਾਵਾਂਗੇ। ਮਾਨ ਸਾਹਿਬ, ਦੂਜੇ ਪਾਸੇ ਕਾਂਗਰਸ ਨੇ ਸੁਖਪਾਲ ਸਿੰਘ ਖਹਿਰਾ ਨੂੰ ਲਿਆਂਦਾ ਜੀ। ਕੋਈ ਨਹੀਂ ਜੀ, ਕੋਈ ਵੀ ਆ ਜੇ, ਮੋਦੀ ਸਾਹਿਬ ਆ ਜਾਣ, ਕੋਈ ਆ ਜਾਣ, ਇਹ ਇੰਦਰਾ ਗਾਂਧੀ ਨੂੰ ਪੱਟ ਕੇ ਲਏ ਉਹ ਵੀ ਆ ਜੇ। ਜੰਗ ਦੇ ਜਰਨੈਲ ਦੇ ਕਾਰਵਾਂ ਦੇ ਵਿੱਚ ਇਸ ਵੇਲੇ ਅਸੀਂ ਪਹੁੰਚੇ ਹਾਂ ਸੰਗਰੂਰ ਦੇ ਵਿੱਚ, ਅਤੇ ਸੰਗਰੂਰ ਦੇ ਵਿੱਚ ਗੱਲ ਹੋਏਗੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਰਨੈਲ ਦੀ। ਜੀ ਹਾਂ, ਪ੍ਰਧਾਨ ਵੀ ਨੇ ਖੁਦ ਪਾਰਟੀ ਦੇ, ਔਰ 3 ਵਾਰ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਨੇ। ਮੌਜੂਦਾ ਮੈਂਬਰ ਪਾਰਲੀਮੈਂਟ ਵੀ ਖੁਦ ਸਿਮਰਜੀਤ ਸਿੰਘ ਮਾਨ ਨੇ ਇਸ ਵੇਲੇ ਸੰਗਰੂਰ ਤੋਂ, ਅਤੇ ਇਹਨਾਂ ਦੇ ਹਿੱਸੇ ਇੱਕ ਐਸਾ ਰਿਕਾਰਡ ਹੈ ਕਿ ਕਹਿੰਦੇ ਹੁਣ ਤੱਕ ਪੰਜਾਬ 'ਚ ਸਭ ਤੋਂ ਵੱਧ ਵੋਟਾਂ ਲੈ ਕੇ ਜੇ ਜਿੱਤ ਦਰਜ ਕਰਵਾਈ ਹੈ ਤਾਂ ਉਹ ਵੀ ਇਹਨਾਂ ਨੇ ਕਰਵਾਈ ਹੈ। ਇੱਕ ਵਾਰ ਫਿਰ ਤੋਂ ਜੰਗ ਦੇ ਮੈਦਾਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਇਹ ਜਰਨੈਲ ਫਿਰ ਤੋਂ ਪੇਸ਼ ਹੋ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮਾਨ ਸਾਹਿਬ, ਇੱਕ ਵਾਰੀ ਫਿਰ ਤੋਂ ਮੈਦਾਨ ਦੇ ਵਿੱਚੋਂ, ਪਿਛਲੀ ਵਾਰ ਵੀ ਤੁਹਾਨੂੰ ਇੱਕ ਲੰਬੇ ਟਾਈਮ ਦੇ ਬਾਅਦ ਲੋਕਾਂ ਨੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਚੁਣਿਆ। ਇਹ ਮਜਬੂਰੀ ਹੈ ਜੀ, ਕਿਉਂ ਕਰਕੇ ਸਾਡੇ ਜਿਹੜੇ ਜਰਨੈਲ ਹੈ ਉਹ ਕੌਮ ਦੀ ਗੱਲ ਨਹੀਂ ਕਰਦੇ, ਉਹ BJP ਅਤੇ ਕਾਂਗਰਸ ਦੇ ਅਸਰ ਹੇਠ ਆ ਕੇ ਬੜਕ ਮਾਰਨ ਦੀ ਥਾਂ 'ਤੇ ਮਿਆਓ ਮਿਆਓ ਕਰਨ ਲੱਗ ਪਏ ਹੈ। ਸੋ ਮੇਰਾ ਮਤਲਬ ਹੈ, ਮੈਂ ਇਸ ਵੇਲੇ 78 ਸਾਲਾਂ ਦੀ ਉਮਰ ਦੇ ਵਿੱਚ ਬਾਹਰ ਨਿਕਲਣਾ ਪਿਆ, ਕਿਉਂ ਕਰਕੇ ਸਾਡੇ ਜਿੰਨੇ ਵੀ ਲੀਡਰ ਹੈ ਉਹ ਮੰਜੀਆਂ ਥੱਲੇ ਲੁਕ ਗਏ ਆ। ਮਾਨ ਸਾਹਿਬ, ਜਿਵੇਂ ਤੁਸੀਂ ਆਪ ਜ਼ਿਕਰ ਕੀਤਾ ਕਿ 78 ਸਾਲ ਦੀ ਤੁਹਾਡੀ ਉਮਰ ਹੋ ਗਈ, 78 ਸਾਲ ਦੀ ਉਮਰ 'ਚ ਸਿਆਸੀ ਜੰਗ 'ਚ ਇਸ ਜਰਨੈਲ ਨੂੰ ਜਦੋਂ ਨਿਤਰਨਾ ਪੈਂਦਾ ਤਾਂ ਇਹ ਪੂਰੀ ਸਥਿਤੀ ਨੂੰ ਕਿਵੇਂ ਦੇਖਿਆ ਜਾਵੇ? ਸਥਿਤੀ ਆ, ਦੇਖ ਲਓ, ਸਾਰੀਆਂ ਬੀਬੀਆਂ ਬੈਠੀਆਂ, ਸਾਰੇ ਲੋਕ ਬੈਠੇ ਹੈ, ਅਤੇ ਤੁਹਾਡੇ ਨਾਲ ਮੈਂ ਤੁਰੀ ਜਾਂਦਾ। ਤੁਸੀਂ ਪਤਾ ਨਹੀਂ 40 ਸਾਲਾਂ ਦੇ ਹੋ, ਕਿੰਨੇ ਸਾਲਾਂ ਦੇ ਹੋ, ਕੋਈ ਫਰਕ ਤਾਂ ਨਹੀਂ ਲੱਗਦਾ ਹੋਊ ਤੁਹਾਨੂੰ? ਸਪੀਡ 'ਚ ਤਾਂ ਮਿਲਦਾ, ਮੈਂ ਤੁਹਾਨੂੰ ਵੇਖਿਆ ਅੱਗੇ ਪਿਛਲੀ ਵਾਰ ਰੋਡ ਸ਼ੋਅ 'ਚ, ਮੇਰੇ ਤੋਂ ਸ਼ਾਇਦ ਪੁਰਾਕੇ ਜਾ ਰਹੇ ਸੀ। ਚਲੋ ਅੱਛਾ, ਮਾਨ ਸਾਹਿਬ ਇੱਥੇ ਬਹਿ ਜੀ। ਹਾਂਜੀ ਹਾਂਜੀ, ਬੈਠੋ ਜੀ, ਆ ਜਾਓ ਤੁਸੀਂ। ਮਾਨ ਸਾਹਿਬ, ਪੂਰੇ ਮਾਹੌਲ ਦੇ ਵਿੱਚ ਇਸ ਵੇਲੇ ਸੰਗਰੂਰ ਦੀ ਆਪਾਂ ਗੱਲ ਕਰਾਂਗੇ, ਪਰ ਉਸ ਤੋਂ ਪਹਿਲਾਂ ਮੈਂ ਉਸ ਕਿੱਸੇ ਬਾਰੇ ਸਮਝਣਾ ਚਾਹੂੰਗਾ। ਸਰ ਸਰ, ਥੋੜ੍ਹਾ ਤੁਸੀਂ ਪਿੱਛੇ ਹੋ ਜਾਓ ਪਲੀਜ਼, ਜਗ੍ਹਾ ਦੇ। ਮੈਂ ਉਸ ਹਾਲਾਤ ਬਾਰੇ ਸਮਝਣਾ ਚਾਹੂੰਗਾ ਜਿਹਨੂੰ ਲੈ ਕੇ ਕਹਿੰਦੇ ਕਿ ਰਿਕਾਰਡ ਤੁਹਾਡੇ ਨਾਮ 'ਤੇ ਹੈ, ਸਭ ਤੋਂ ਵੱਧ ਵੋਟਾਂ ਦੇ ਨਾਲ ਕਹਿੰਦੇ ਜਿੱਤ ਦਰਜ ਕਰਾਈ, ਅੱਜ ਤੱਕ ਰਿਕਾਰਡ ਨਹੀਂ ਟੁੱਟਿਆ? ਨਹੀਂ, ਅਜੇ ਤੱਕ ਨਹੀਂ ਜੀ ਟੁੱਟਿਆ ਹੈਗਾ ਇਹ, ਐਤਕੀ ਫਿਰ ਤੋੜ ਦੇਣਾ, ਤੁਸੀਂ ਦੇਖਿਓ ਸਹੀ। ਉਸ ਚੋਣ ਬਾਰੇ ਥੋੜ੍ਹਾ ਬਹੁਤਾ ਦੱਸੋਗੇ? ਕਿਹੜੀ ਚੋਣ ਬਾਰੇ? ਜਿਹਦੇ 'ਚ ਸਭ ਤੋਂ ਵੱਧ ਵੋਟਾਂ ਦਾ ਤੁਹਾਡੇ ਨਾਂ 'ਤੇ ਰਿਕਾਰਡ ਬਣਿਆ। ਉਦੋਂ ਮੈਂ 5 ਸਾਲ ਤਸੀਹੇ ਕੱਟ ਕੇ ਜੇਲ੍ਹ ਦੇ ਵਿੱਚ, ਸਿੱਖ ਕੌਮ ਨੇ ਮੈਨੂੰ ਫਾਂਸੀ ਦੇ ਫੰਦੇ ਤੋਂ ਛੁਡਾਇਆ ਸੀ, ਅਤੇ ਮੈਂ ਤਰਨ ਤਾਰਨ ਤੋਂ ਖੜ੍ਹਾ ਸੀ, ਅਤੇ ਬਹੁਤ ਵੋਟਾਂ ਦੇ ਨਾਲ ਕੌਮ ਨੇ ਮੈਨੂੰ ਸਵਾਗਤ ਕੀਤਾ ਅਤੇ ਬਾਹਰ ਕਢਾਇਆ। ਬਹੁਤ ਮੇਰਾ ਅਹਿਸਾਨ ਹੈਗਾ ਆਪਣੀ ਕੌਮ ਦੇ ਉੱਤੇ ਕਿ ਕੌਮ ਦੁੱਖ ਦੇ ਵੇਲੇ ਮੇਰੇ ਨਾਲ ਲੱਗ ਜਾਂਦੀ ਹੈ, ਅਤੇ ਹੁਣ ਵੀ ਕੌਮ ਦੇ ਵਿੱਚ
ਕੋਈ ਵੀ ਬੰਦਾ ਨਹੀਂ ਹੈ, ਕਾਂਗਰਸ, ਬੀਜੇਪੀ, ਬਾਦਲ ਦਲ, ਆਰਐਸਐਸ, ਜਿਹੜਾ ਕੌਮ ਦੀ ਅਤੇ ਪੰਜਾਬ ਦੀ ਗੱਲ ਕਰ ਸਕੇ, ਪੰਜਾਬ ਦੇ ਮਜ਼ਦੂਰ ਦੀ ਗੱਲ ਕਰ ਸਕੇ, ਖੇਤ ਮਜ਼ਦੂਰ ਦੀ ਗੱਲ ਕਰ ਸਕੇ, ਜ਼ਿਮੀਂਦਾਰ ਦੀ ਗੱਲ ਕਰ ਸਕੇ, ਕਿਸਾਨ ਦੀ ਗੱਲ ਕਰ ਸਕੇ, ਬੇਰੁਜ਼ਗਾਰੀ ਦੀ ਗੱਲ ਕਰ ਸਕੇ, ਕੋਈ ਵੀ ਮਸਲਾ ਅੱਜ ਤੱਕ ਨਾ ਮੋਦੀ ਸਰਕਾਰ ਨੇ ਹੱਲ ਕੀਤਾ, ਨਾ ਕਾਂਗਰਸ ਨੇ ਕੀਤਾ। ਇੰਦਰਾ ਗਾਂਧੀ ਨੇ ਕਿਹਾ ਸੀਗਾ ਕੱਪੜਾ, ਮਕਾਨ, ਰੋਟੀ ਦੇਵਾਂਗੇ, ਅਜੇ ਤੱਕ ਉਹ ਨਿਸ਼ਾਨੇ 'ਤੇ ਨਹੀਂ ਪਹੁੰਚ ਸਕੇ। ਅਤੇ ਦੂਜੇ ਪਾਸੇ ਹੁਣ ਬੀਜੇਪੀ ਆ ਗਈ ਹੈ, ਮੋਦੀ ਸਾਹਿਬ ਕਹਿੰਦੇ ਘਰ ਘਰ ਨੌਕਰੀ ਦੇਣਗੇ, ਲੱਖਾਂ ਨੌਜਵਾਨ ਬੇਰੁਜ਼ਗਾਰ ਫਿਰਦੇ ਹੈ। ਮੈਂ ਉਸ ਦਿਨ ਪਾਰਲੀਮੈਂਟ ਦੇ ਵਿੱਚ ਸੀਗਾ ਜਿੱਦਣ ਦੋ ਨੌਜਵਾਨਾਂ ਨੇ ਸਾਰੀ ਸਿਕਿਉਰਿਟੀ ਤੋੜ ਕੇ ਉੱਪਰਲੀ ਗੈਲਰੀ ਦੇ ਵਿੱਚੋਂ ਥੱਲੇ ਪਾਰਲੀਮੈਂਟ ਦੇ ਵਿੱਚ ਛਾਲਾਂ ਮਾਰੀਆਂ ਅਤੇ ਉਹਨਾਂ ਨੇ ਗੈਸ ਦਾ ਬੰਬ ਛੱਡਤਾ। ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਕਿਉਂ ਕੀਤਾ, ਉਹਨਾਂ ਨੇ ਕਿਹਾ ਮੋਦੀ ਨੇ ਕਿਹਾ ਸੀ ਕਿ ਘਰ ਘਰ ਨੌਕਰੀ ਮਿਲੂਗੀ, ਅਸੀਂ ਬੇਰੁਜ਼ਗਾਰ ਲੋਕ ਹਾਂ। ਉਹਨਾਂ ਵਿਚਾਰਿਆਂ ਨੂੰ ਫੜ ਕੇ ਟੋਰਚਰ ਕੀਤਾ, ਫਲਾਣ ਕੀਤਾ, ਢੀਂਗ ਕੀਤਾ। ਪਰ ਮੇਰਾ ਮਤਲਬ ਹੈ ਜਿਹੜਾ ਮੁਲਕ ਆਪਣੀ ਪਾਰਲੀਮੈਂਟ ਦੀ ਸਿਕਿਉਰਿਟੀ ਨੂੰ ਨਹੀਂ ਸਾਂਭ ਸਕਦਾ, ਉਹ ਤੁਹਾਡੇ ਮੁਲਕ ਦੀ ਸੀਮਾ ਨੂੰ ਕਿਵੇਂ ਸਾਂਭ ਦੂਗਾ, ਚੀਨ ਦੀ ਸੀਮਾ ਨੂੰ ਕਿਵੇਂ ਸਾਂਭ ਦੂਗਾ, ਚੀਨ ਪਾਕਿਸਤਾਨ ਦੀ ਸੀਮਾ ਨੂੰ ਕਿਵੇਂ ਸਾਂਭ ਦੂਗਾ, ਜਿਹੜਾ ਮੁਲਕ ਤੁਹਾਡਾ ਆਪਣੀ ਪਾਰਲੀਮੈਂਟ ਦੀ ਰੱਖਿਆ ਨਹੀਂ ਕਰਦਾ। ਮਾਨ ਸਾਹਿਬ, ਤੁਹਾਡੇ ਹੱਥ ਦੇ ਵਿੱਚ ਮੈਂ ਇੱਕ ਗੁਰੂਆਂ ਦੀ ਬਖਸ਼ਿਸ਼ ਦੇਖ ਰਿਹਾ, ਕਿਰਪਾਨ ਤੁਹਾਡੇ ਹੱਥ ਦੇ ਵਿੱਚ ਆ, ਇਸ ਕਿਰਪਾਨ ਨੂੰ ਲੈ ਕੇ ਵੀ ਕਈ ਵਿਵਾਦ ਚੱਲੇ, ਪਾਰਲੀਮੈਂਟ 'ਚ ਜਾਣ ਨੂੰ ਲੈ ਕੇ ਇੱਕ ਵਿਵਾਦ ਹੋਇਆ, ਤੁਸੀਂ ਇੱਕ ਲੰਬੀ ਲੜਾਈ ਲੜਨ ਦੀ ਵੀ ਕੋਸ਼ਿਸ਼ ਕੀਤੀ। ਗੱਲ ਇਹ ਹੈ ਕਿ ਸਰ ਸਾਹਿਬ, ਇਹ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਹੈ ਕਿ ਸਿੱਖ ਆਪਣੀ ਕਿਰਪਾਨ ਪਹਿਣ ਵੀ ਸਕਦਾ ਹੈਗਾ, 25 ਧਾਰਾ ਹੈ, ਅਤੇ ਵੱਡੀ ਕਿਰਪਾਨ ਵੀ ਰੱਖ ਸਕਦਾ। ਜਦੋਂ ਤੁਸੀਂ ਕੋਈ ਵੀ ਲਾਇਸੈਂਸ ਲੈਂਦੇ ਹੋ ਉਹਦੇ 'ਤੇ ਵੀ ਲਿਖਿਆ ਹੋਊਗਾ ਕਿ ਸਿੱਖ ਕਿਰਪਾਨ ਆਪਣੀ ਰੱਖ ਸਕਦੇ ਹੈ। ਗੱਲ ਇਹ ਹੈ ਕਿ ਇਹ ਬਾਦਸ਼ਾਹੀ ਦੀ ਨਿਸ਼ਾਨੀ ਹੈ। ਹੁਣ ਬਾਦਸ਼ਾਹੀ ਸਾਡੇ ਮੁਲਕ ਦੇ ਵਿੱਚ ਹਿੰਦੂ ਦੇ ਹੱਥ ਦੇ ਵਿੱਚ ਹੈ। ਜੇ ਕਿਰਪਾਨ ਪਾਰਲੀਮੈਂਟ ਚਲੀ ਜਾਂਦੀ, ਫਿਰ ਜਿਹੜੇ ਸਿਆਣੇ ਕਾਨੂੰਨਦਾਨ ਹੈ ਉਹ ਕਹਿੰਦੇ ਕਿ ਇਹ ਸਿੱਖਾਂ ਦੀ ਬਾਦਸ਼ਾਹੀ ਸਾਡੀ ਬਾਦਸ਼ਾਹੀ ਦੇ ਵਿੱਚ ਕਿਵੇਂ ਅੰਦਰ ਆ ਗਈ। ਦੋ ਕਿਰਪਾਨਾਂ ਇੱਕ ਮਿਆਨ ਦੇ ਵਿੱਚ ਨਹੀਂ ਰਹਿ ਸਕਦੀਆਂ। ਅਤੇ ਸਾਰਾ ਜ਼ੋਰ ਇੰਡੀਆ ਦਾ ਲਾਤਾ ਕਿ ਮੈਂ ਪਾਰਲੀਮੈਂਟ ਦੇ ਵਿੱਚ ਕਿਰਪਾਨ ਨਾ ਲੈ ਕੇ ਜਾਵਾਂ। ਮਾਨ ਸਾਹਿਬ, ਇਸ ਵਾਰ ਮੁੱਖ ਏਜੰਡਾ ਕੀ ਰਹਿਣ ਵਾਲਾ ਤੁਹਾਡਾ, ਕਿਉਂਕਿ ਦੇਖੋ ਪਿਛਲੀਆਂ ਚੋਣਾਂ ਦੇ ਵਿੱਚ ਜਿਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੋਈਆਂ, ਲੋਕਾਂ ਨੇ ਤੁਹਾਡੇ 'ਤੇ ਯਕੀਨ ਕੀਤਾ, ਤੁਹਾਨੂੰ ਲੱਗਦਾ ਕਿ ਇਸ ਵਾਰ ਵੀ ਲੋਕ ਤੁਹਾਡੇ 'ਤੇ ਯਕੀਨ ਕਰਨ, ਔਰ ਇਸ ਵਾਰ ਤੁਹਾਨੂੰ ਕੀ ਲੱਗਦਾ ਕਿ ਮੁੱਖ ਏਜੰਡਾ ਕਿਹੜੇ ਏਜੰਡੇ ਦੇ ਇਰਦ ਗਿਰਦ ਤੁਸੀਂ ਜਿਹੜੀ ਹੈਗੀ ਹੈ ਇਸ ਵਾਰ ਦੀ ਪਾਰਲੀਮੈਂਟ ਚੋਣ ਲੜ ਰਹੇ? ਇੱਕ ਤਾਂ ਮਜ਼ਦੂਰਾਂ ਦੀ ਗੱਲ ਕਰਨੀ ਹੈ ਜੀ, ਖੇਤ ਮਜ਼ਦੂਰਾਂ ਦੀ, ਮਜ਼ਦੂਰਾਂ ਦੀ, ਇੱਕ ਆਪਣੇ ਕਿਸਾਨਾਂ ਦੀ ਜਿਨ੍ਹਾਂ ਨੂੰ ਬਹੁਤ ਲੋੜ ਹੈ ਇਨਸਾਫ ਦੀ। ਇਹ ਦੋ ਗੱਲਾਂ ਜ਼ਰੂਰੀ ਕਰਨੀਆਂ, ਗਰੀਬੀ ਦੀਆਂ, ਕਿਸਾਨਾਂ ਦੀਆਂ ਅਤੇ ਬੇਰੁਜ਼ਗਾਰੀ ਦੀਆਂ। ਜੋ ਮੋਦੀ ਸਾਹਿਬ ਨੇ ਕਿਹਾ ਸੀ ਘਰ ਘਰ
ਨੌਕਰੀ ਮਿਲੇਗੀ, ਇਸ ਨੂੰ ਪੂਰਾ ਕਰਨਾ। ਤੁਹਾਨੂੰ ਸਮਝਾ ਤਾਂ ਦਿੱਤਾ, ਇੰਨੀ ਬੇਰੁਜ਼ਗਾਰੀ ਹੈ ਕਿ ਬੇਰੁਜ਼ਗਾਰ ਦੋ ਨੌਜਵਾਨ ਪਾਰਲੀਮੈਂਟ ਦੀ ਸਿਕਿਉਰਿਟੀ ਤੋੜ ਕੇ ਸਾਡੇ ਹਾਊਸ ਦੇ ਵਿੱਚ ਅੰਦਰ ਆ ਗਏ। ਮਾਨ ਸਾਹਿਬ, ਪਰ ਜਦੋਂ ਤੁਸੀਂ ਦੇਖੋ ਅੱਜ ਨੌਜਵਾਨਾਂ ਦੀ ਗੱਲ ਕਰ ਰਹੇ ਹੋ, ਕਿਸਾਨਾਂ ਦੀ ਗੱਲ ਕਰ ਰਹੇ ਹੋ, ਪਰ ਜਦੋਂ ਤੁਹਾਡਾ ਚਿਹਰਾ ਸਕਰੀਨ 'ਤੇ ਆਉਂਦਾ ਜਾਂ ਜਦੋਂ ਸਾਹਮਣੇ ਆਉਂਦਾ ਤਾਂ ਉਹਨੂੰ ਸਿਰਫ ਖਾਲਿਸਤਾਨ ਦੇ ਨਾਲ ਜੋੜ ਕੇ ਦੇਖਿਆ ਜਾਂਦਾ, ਔਰ ਤੁਸੀਂ ਅੱਜ ਨੌਜਵਾਨਾਂ ਦੀ ਗੱਲ ਕਰ ਰਹੇ ਹੋ, ਕਿਸਾਨਾਂ ਦੀ ਗੱਲ ਕਰ ਰਹੇ ਹੋ, ਪਰ ਤੁਹਾਡੇ ਏਜੰਡੇ ਨੂੰ ਮੁੱਖ ਤੌਰ 'ਤੇ ਉਹਦੇ ਨਾਲ ਕਿਉਂ ਵੱਖਰਾ ਕਰਕੇ ਦਿਖਾਇਆ ਜਾਂਦਾ? ਇਹ ਤਾਂ ਤੁਹਾਡੀ ਮਰਜ਼ੀ ਹੁੰਦੀ ਹੈ, ਜੋ ਕੁਛ ਮਰਜ਼ੀ ਦਿਖਾਓ, ਪਰ ਜਦੋਂ ਹਿੰਦੂ ਅਤੇ ਮੁਸਲਮਾਨ ਔਖੇ ਸੀਗੇ ਅੰਗਰੇਜ਼ ਰਾਜ ਦੇ ਨਾਲ, ਹਿੰਦੂ ਵੀ ਕਹਿੰਦਾ ਸੀ ਆਜ਼ਾਦੀ ਚਾਹੀਦੀ ਹੈ, ਮੁਸਲਮਾਨ ਵੀ ਕਹਿੰਦਾ ਸੀ ਕਿ ਆਜ਼ਾਦੀ ਚਾਹੀਦੀ ਹੈ। ਸਿੱਖਾਂ ਦੀ ਲੀਡਰਸ਼ਿਪ ਦੇ ਵਿੱਚ ਇਹੋ ਜਿਹਾ ਪੜ੍ਹਿਆ ਲਿਖਿਆ ਲੀਡਰ ਨਹੀਂ ਸੀਗਾ। ਅੱਜ ਅਸੀਂ ਸਿੱਖ ਜਿਹੜੇ ਇੰਡੀਆ ਦੇ ਵਿੱਚ ਹੈ, ਹਿੰਦੂ ਦੇ ਗੁਲਾਮ ਹੈ। ਜਿਹੜੇ ਪਾਕਿਸਤਾਨ ਸਾਡੇ ਸਿੱਖ ਰਹਿ ਗਏ ਉਹ ਮੁਸਲਮਾਨ ਦੇ ਗੁਲਾਮ ਹੈ। ਸੋ ਮੇਰਾ ਮਤਲਬ, ਜਿੰਨਾ ਚਿਰ ਸਾਡੇ 'ਚ ਆਜ਼ਾਦੀ ਨਹੀਂ ਆਉਂਦੀ, ਉਨਾ ਚਿਰ ਅਸੀਂ ਪ੍ਰਫੁੱਲਿਤ ਕਿਵੇਂ ਹੋ ਸਕਦੇ ਹਾਂ? ਤੁਹਾਨੂੰ ਲੱਗਦਾ ਕਿ ਉਸੇ ਏਜੰਡੇ 'ਤੇ ਇੰਡੀਪੈਂਡੈਂਟ ਸਟੇਟ ਦੀ ਅੱਜ ਵੀ ਤੁਸੀਂ ਕਹਿੰਦੇ ਹੋ ਕਿ ਲੋੜ ਹੈ? ਗੁਰੂ ਸਾਹਿਬ ਨੇ ਕਹਿਤਾ, ਇਨ ਗਰੀਬ ਸਿੱਖੋ ਕੋ ਦੋ ਪਾਤਸ਼ਾਹੀ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਉਹਨਾਂ ਦੀ ਛਾਤੀ ਦੇ ਉੱਤੇ 74 ਗੋਲੀਆਂ ਲੱਗੀਆਂ ਹੋਈਆਂ ਸੀਗੀਆਂ। ਉਹ ਕਹਿੰਦੇ ਕਿ ਜਦੋਂ ਫੌਜ ਦਰਬਾਰ ਸਾਹਿਬ 'ਚ ਆਊਗੀ, ਖਾਲਿਸਤਾਨ ਦਾ ਨੀਂਹ ਪੱਥਰ ਰੱਖਿਆ ਜਾਊਗਾ। ਸਿੱਖ ਦੇ ਮਨ ਦੇ ਵਿੱਚ ਆਜ਼ਾਦੀ ਫਿਰਦੀ ਹੈ, ਅਤੇ ਤੁਸੀਂ ਮੈਨੂੰ ਪੁੱਛਦੇ ਹੋ ਅੱਜ ਵੀ? ਇਹ ਤਾਂ ਜਿੰਨਾ ਚਿਰ ਮਿਲੂਗੀ ਨਹੀਂ, ਅਸੀਂ ਲੜੀ ਜਾਵਾਂਗੇ ਜਿੰਨਾ ਚਿਰ ਸਾਨੂੰ ਆਜ਼ਾਦੀ ਨਹੀਂ ਮਿਲੂਗੀ। ਮਾਨ ਸਾਹਿਬ, ਆਪਾਂ ਮੌਜੂਦਾ ਪੋਲੀਟਿਕਸ 'ਤੇ ਆਉਣੇ ਹੈ, ਹੁਣ ਦੀ ਸਿਆਸਤ ਨੂੰ ਪਹਿਲਾਂ ਦੀ ਸਿਆਸਤ ਨਾਲ ਅਗਰ ਆਪਾਂ ਤੋਲੀਏ ਤਾਂ ਤੁਸੀਂ ਤਾਂ ਇੱਕ ਲੰਬਾ ਦੌਰ ਵੇਖ ਲਿਆ, ਤੁਸੀਂ ਅਫਸਰ ਵੀ ਰਹੇ, ਸਿਆਸਤ ਦੇ ਵਿੱਚ ਵੀ ਤੁਸੀਂ ਇੱਕ ਵੱਡਾ ਸਫ਼ਰ ਦੇਖ ਲਿਆ, ਤਾਂ ਅੱਜ ਦੀ ਸਿਆਸਤ ਅਤੇ ਪਹਿਲਾਂ ਹੀ ਸਿਆਸਤ 'ਚ ਤੁਹਾਨੂੰ ਫਰਕ ਲੱਗਦਾ? ਇੱਥੇ ਤਾਂ ਕਈ ਵਾਰੀ ਲੀਡਰ ਨੂੰ ਸਵੇਰੇ ਫੋਨ ਕਰੋ ਅਤੇ ਉਹ ਹੋਰ ਪਾਰਟੀ 'ਚ ਹੁੰਦਾ ਅਤੇ ਸ਼ਾਮ ਨੂੰ ਹੋਰ ਪਾਰਟੀ 'ਚ ਨਜ਼ਰ ਆਉਂਦਾ, ਐਸੇ ਹਾਲਾਤ ਕਿਉਂ ਪੈਦਾ ਹੋਏ? ਇਹ ਹਾਲਾਤ ਪੈਦਾ ਹੋਏ ਹੈ ਜੀ ਕਿਉਂ ਕਰਕੇ ਇਹ ਸਿਆਸਤਦਾਨ ਆਪਣੇ ਲੋਕਾਂ ਦੇ ਨਾਲ, ਆਪਣੇ ਮੈਨੀਫੈਸਟੋ ਦੇ ਨਾਲ, ਆਪਣੀ ਪਾਰਟੀ ਦੇ ਨਾਲ, ਆਪਣੇ ਦੇਸ਼ ਦੇ ਨਾਲ ਇਹਨਾਂ ਨੇ ਵਫ਼ਾਦਾਰੀ ਨਹੀਂ ਦਿਖਾਈ ਹੈਗੀ। ਹੁਣ ਜਿੰਨਾ ਵੀ ਗੰਦਾ ਮਾਲ ਸੀ, ਜਿਵੇਂ ਮੈਂ ਤੁਹਾਨੂੰ ਕਿਹਾ, ਗੰਗਾ ਜੀ ਦੇ ਵਿੱਚ ਸੁੱਟ ਦਿੰਦੇ ਹੈ, ਉਹ ਸਾਰਾ BJP ਅਤੇ RSS ਦੇ ਵਿੱਚ ਇਹਨਾਂ ਨੇ ਸਿੱਟਤਾ। ਸਭ ਸਿਆਸਤ ਦਾ ਗੰਦਾ, ਬੇਸ਼ੱਕ ਆਪ ਹੋਵੇ, ਬਾਦਲ ਦਲ ਹੋਵੇ, ਕਾਂਗਰਸ ਹੋਵੇ, ਕੋਈ ਵੀ ਪਾਰਟੀ ਹੋਵੇ, ਸਾਰਾ ਗੰਦਾ ਮਾਲ BJP RSS ਦੇ ਵਿੱਚ ਸਿੱਟਦਾ। ਮਾਨ ਸਾਹਿਬ, ਇੱਥੇ ਸੰਗਰੂਰ ਦੇ ਵਿੱਚ ਤੁਹਾਡੇ ਸਾਹਮਣੇ ਕਹਿੰਦੇ ਢੀਂਡਸਾ ਸਾਹਿਬ ਵੀ ਆਪਦੇ ਪੁੱਤਰ ਨੂੰ ਮੈਦਾਨ 'ਚ ਲਿਆਉਣਾ ਚਾਹੁੰਦੇ ਸੀ, ਪਰ ਅਕਾਲੀ ਦਲ 'ਚ ਵਾਪਸ ਵੀ ਆਏ, ਘਰ ਵਾਪਸੀ ਵੀ ਕੀਤੀ, ਅਤੇ ਅਕਾਲੀ ਦਲ ਨੇ ਕਹਿੰਦੇ ਫਿਰ ਟਿਕਟ ਕੱਟਤੀ। ਚਲੋ, ਢੀਂਡਸਾ ਸਾਹਿਬ ਨੇ ਮੇਰੇ 'ਤੇ ਮਿਹਰ ਕੀਤੀ ਹੈ, ਸਾਰਾ ਕੁਛ ਹੈ, ਅਸੀਂ ਇਕੱਠੇ ਲੜ ਰਹੇ ਹੈ ਇਹ ਸਾਰੇ ਸਿਸਟਮ ਦੇ ਖਿਲਾਫ, ਅਤੇ ਆਪਣੀ ਜਿੱਤ ਤਕੜੀ ਹੋਊਗੀ। ਅੱਛਾ, ਮੁੱਖ ਤੌਰ 'ਤੇ ਮੁਕਾਬਲਾ ਕਿਹਦੇ ਨਾਲ ਦੇਖਦੇ ਹੋ ਜੀ ਇਹਨਾਂ ਹਾਲਾਤਾਂ ਦੇ ਵਿੱਚ, ਪੂਰਾ ਸਿਨੈਰੀਓ? ਕਿਉਂਕਿ ਉਹ ਬਰਾੜ ਸਾਹਿਬ ਆਹ ਦੇਖੋ, ਸਾਰੇ ਹੈ, ਇਹ ਸਾਰੇ ਵੋਟਰ ਹੈ ਮੇਰੇ। ਹੁਣ ਇਹਨਾਂ ਨੂੰ ਪੁੱਛੋ, ਮੁਕਾਬਲਾ ਤਾਂ ਹੈ ਹੀ ਨਹੀਂ ਇੱਥੇ, ਕੋਈ ਐਵੇਂ ਫਜ਼ੂਲ ਆਊਗਾ ਕੋਈ ਕਾਗਜ਼ ਭਰਨ ਦੇ ਲਈ, ਕੀ ਫਾਇਦਾ ਹੋਊਗਾ ਉਹਦਾ? ਮੈਂ ਮਾਨ ਸਾਹਿਬ ਮੀਤ ਹੇਅਰ ਦੇ ਨਾਲ ਗੱਲਬਾਤ ਕਰ ਰਿਹਾ ਸੀਗਾ, ਸੱਤਾਧਰ ਵੱਲੋਂ ਮੈਦਾਨ ਦੇ ਵਿੱਚ ਨੇ। ਮੀਤ ਹੇਅਰ ਕਹਿੰਦੇ ਨੇ ਕਿ ਪਹਿਲਾਂ ਅਸੀਂ ਤਾਂ ਹਾਰ ਗਏ
ਕਿ 2-3 ਮਹੀਨਿਆਂ ਦੇ ਵਿੱਚ ਨਾ ਲੋਕਾਂ ਨੂੰ ਅਜੇ ਕੰਮ ਕੁੰਮ ਬਾਰੇ ਦਿਖਾ ਨਹੀਂ ਸੀ ਸਕੇ, ਲੋਕਾਂ ਨੂੰ ਪਤਾ ਨਹੀਂ ਸੀ ਵੀ ਅਸੀਂ ਕਿੰਨਾ ਕੰਮ ਕਰਦੇ ਹਾਂ। ਹੁਣ ਉਹਨਾਂ ਦੇ ਅਸੀਂ 2 ਸਾਲ ਦੇ ਕਰੀਬ ਦੇ ਵਿੱਚ ਇੰਨਾ ਕੁ ਕੰਮ ਕਰਤਾ ਵੀ ਹੁਣ ਤਾਂ ਤੁਸੀਂ ਭੁੱਲ ਜਾਓ ਵਰਕਾ ਪੜ ਦਿਓ। ਅਤੇ ਆਹ ਇਕੱਠ ਮੇਰੇ ਕੋਲ ਕਿਉਂ ਇਕੱਠਾ ਹੋਇਆ ਹੋਇਆ ਫਿਰ ਜੇ ਇੰਨਾ ਕੰਮ ਕਰਤਾ, ਆਹ ਦੱਸ ਦਿਓ ਆਹ ਸਾਰਾ ਇਕੱਠ ਹੋਇਆ ਪਿਆ ਇਹ। ਇੱਕ ਹੋਰ ਉਹਨਾਂ ਨੇ ਕਿਹਾ, ਉਹ ਆਉਂਦੇ ਵੀ ਅਸੀਂ ਪਹਿਲਾਂ ਵੀ ਆਹਮਣੇ ਸਾਹਮਣੇ ਹੋ ਚੁੱਕੇ ਹਾਂ, ਕਹਿੰਦੇ ਬਰਨਾਲਾ ਵਿਧਾਨ ਸਭਾ 'ਚ, ਅਤੇ ਉਹ ਆਉਂਦੇ ਵੀ ਉਸ ਵੇਲੇ ਮਾਨ ਸਾਹਿਬ ਨੂੰ 5,000 ਵੋਟ ਪਈ ਸੀ ਕਹਿੰਦੇ, ਅਤੇ ਮੈਂ ਕਹਿੰਦੇ ਉਹਨਾਂ ਤੋਂ 43-44 ਹਜ਼ਾਰ ਦੀ ਲੀਡ ਕਰ ਗਿਆ ਸੀ। ਪਿਛਲੀ ਵਾਰੀ ਤਾਂ ਉਹ ਵਜ਼ੀਰ ਸੀਗਾ, ਉਹਨੂੰ ਪੁੱਛੋ ਫਿਰ ਉਸੇ ਬੰਦੇ ਤੋਂ ਤੂੰ ਹਾਰ ਕਿਉਂ ਗਿਆ ਬਰਨਾਲੇ 'ਚੋਂ, ਇਹ ਵੀ ਤਾਂ ਪੁੱਛਿਆ ਕਰੋ ਨਾ। ਆਪਣਾ ਜਿਹੜਾ ਦਿਮਾਗ ਹੈ ਤੁਹਾਡਾ ਤੇਜ਼ ਹੋਣਾ ਚਾਹੀਦਾ। ਸਵਾਲ ਤੁਸੀਂ ਸਾਰੇ ਪੁੱਛਦੇ ਮਾਨ ਸਾਹਿਬ, ਤੁਹਾਡੇ ਸਵਾਲ ਉਹਨਾਂ ਨੂੰ ਵੀ ਪੁੱਛਦੇ, ਉਹਨਾਂ ਦੇ ਤੁਹਾਨੂੰ ਵੀ ਪੁੱਛਦੇ ਆ। ਅੱਛਾ ਮਾਨ ਸਾਹਿਬ, ਮੇਰਾ ਮਤਲਬ ਹੈ ਕਿ ਇਹ ਤਾਂ ਹੁਣ ਇਹੋ ਜਿਹੀ ਗੱਲ ਕਰਨ ਦਾ ਫਾਇਦਾ ਨਹੀਂ, ਜਦੋਂ ਹੁਣ ਹੋਏ 1.5 ਸਾਲ ਹੋਏ ਹੈ, ਤੂੰ ਵਜ਼ੀਰ ਹੈ, ਤੇਰੇ ਹਲਕੇ 'ਚ ਸਿਮਰਨਜੀਤ ਸਿੰਘ ਮਾਨ ਪਾਰਲੀਮੈਂਟ ਦੇ ਹਲਕੇ 'ਚੋਂ ਜਿੱਤ ਕੇ ਗਿਆ। ਮਾਨ ਸਾਹਿਬ, ਦੂਜੇ ਪਾਸੇ ਕਾਂਗਰਸ ਨੇ ਸੁਖਪਾਲ ਸਿੰਘ ਖਹਿਰਾ ਨੂੰ ਲਿਆਂਦਾ ਜੀ ਮੈਦਾਨ 'ਚ। ਕੋਈ ਨਹੀਂ ਜੀ, ਕੋਈ ਵੀ ਆ ਜੇ, ਮੋਦੀ ਸਾਹਿਬ ਆ ਜਾਣ, ਕੋਈ ਆ ਜਾਣ, ਇਹ ਇੰਦਰਾ ਗਾਂਧੀ ਨੂੰ ਪੱਟ ਕੇ ਲਏ ਉਹ ਵੀ ਆ ਜੇ। ਖਹਿਰਾ ਸਾਹਿਬ ਨੂੰ ਇੰਨੀ ਦੂਰੋਂ ਲੈ ਕੇ ਆਏ, ਕੁਛ ਸੋਚ ਕੇ ਲੈ ਹੋਣੇ। ਚਲੋ ਦੇਖ ਲਾਂਗੇ ਫਿਰ, ਹੁਣ 1 ਤਰੀਕ ਨੂੰ ਵੋਟਾਂ ਪੈ ਜਾਣੀਆਂ ਅਤੇ 4 ਤਰੀਕ ਨੂੰ ਨਤੀਜੇ ਨਿਕਲ ਜਾਣੇ ਆ, ਫਿਰ ਜ਼ਿਆਦਾ ਦੂਰ ਤਾਂ ਹੈ ਨਹੀਂ, ਹੁਣ 1.5 ਮਹੀਨਾ ਰਹਿ ਗਿਆ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਣੀ ਖੁਦ ਚੋਣ ਨਹੀਂ ਲੜ ਰਹੇ ਜੀ, ਉਹ ਕਹਿੰਦੇ ਮੈਂ ਚੋਣ ਨਹੀਂ ਲੜਨਾ, ਮੈਂ ਚੋਣ ਲੜਵਾਊਂਗਾ। ਫਿਰ ਜਦੋਂ ਮੈਦਾਨ 'ਚ ਜਰਨੈਲ ਨਹੀਂ ਨਿਕਲ ਸਕਦਾ ਤਾਂ ਚੋਣ ਕਿਵੇਂ ਲੜਾ ਦੂਗਾ? ਉਹ ਆਉਂਦੇ ਮੈਂ ਸਾਰੀਆਂ ਸੀਟਾਂ 'ਤੇ ਧਿਆਨ ਦੇਣਾ। ਪਤਾ ਨਹੀਂ ਜੀ, ਇਹ ਪਹਿਲਾਂ ਵੀ ਤਾਂ ਧਿਆਨ ਦਿੰਦਾ ਹੀ ਹੁੰਦਾ ਸੀਗਾ, ਫਿਰ ਪਹਿਲਾਂ ਕਿਉਂ ਲੜਿਆ ਸੀਗਾ? ਕੀ ਸਥਿਤੀ ਦੇਖਦੇ ਨਹੀਂ, ਕੋਈ ਦਲੀਲ ਨਾਲ ਨਹੀਂ ਤੁਹਾਡੇ ਨਾਲ ਗੱਲ ਕੀਤੀ। ਸਥਿਤੀ ਕੀ ਦੇਖਦੇ ਹੋ ਤੁਸੀਂ? ਇਹ ਤਾਂ ਡਾਮਨਡੋਲ ਹੈ, ਅਕਾਲੀ ਦਲ ਤਾਂ ਖੜਾ ਸਾਰਾ, ਦੇਖ ਲਓ ਹੁਣ। ਦੇਖੋ ਇਹਨੂੰ ਸਮਝ ਆਈ। ਮਾਨ ਸਾਹਿਬ, ਬਠਿੰਡਾ ਦੇ ਵਿੱਚ ਕਿਵੇਂ ਦੇਖਦੇ ਹੋ? ਕਿਉਂਕਿ ਬਾਦਲ ਪਰਿਵਾਰ ਦੀ ਨੌਂ ਉੱਥੋਂ ਚੋਣ ਲੜਦੇ ਨੇ, ਹਾਲਾਂਕਿ ਅਨਾਊਂਸ ਨਹੀਂ ਹੋਇਆ, ਪਰ ਉਹ ਕਹਿੰਦੇ ਕਿ ਬਠਿੰਡਾ ਹੀ ਮੇਰਾ ਘਰ ਹੈ। ਸਾਡਾ ਕੈਂਡੀਡੇਟ ਤਕੜਾ ਉੱਥੇ ਜੀ, ਦੇਖਿਓ ਤੁਸੀਂ ਮੁਕਾਬਲਾ ਪੂਰਾ ਹੋਊਗਾ। ਪਿੰਡ ਪਿੰਡ ਉਹਨੇ 450 ਪਿੰਡ ਅਜੇ ਵੀ ਗਾਹ ਲਏ ਹੈ, ਅਤੇ ਉਹ ਬੜਾ ਤਕੜਾ ਕੈਂਡੀਡੇਟ ਹੈ। ਅੱਛਾ, ਪੂਰੇ ਦੇਸ਼ ਦੇ ਵਿੱਚ ਸਿਨੈਰੀਓ ਕੀ ਲੱਗਦਾ ਜੀ ਤੁਹਾਨੂੰ ਇਸ ਵੇਲੇ, ਕਿਉਂਕਿ ਤੁਸੀਂ ਤਾਂ ਪੂਰੇ ਦੇਸ਼ ਦੀ ਪੋਲੀਟਿਕਸ ਨੂੰ ਦੇਖੋ? ਇਹ ਮੈਨੂੰ ਸੱਚੀ ਗੱਲ ਲੱਗਦੀ ਹੈ ਕਿ ਐਤਕੀ ਬਾਦਲ ਇਹ ਇਹਦੀ ਮੋਦੀ ਦੀ BJP RSS ਦੀ ਪਿੱਠ ਲੱਗ ਜਾਣੀ ਹੈ, ਮੈਨੂੰ ਪੂਰਾ ਯਕੀਨ ਹੈ। ਫਿਰ ਕਿਸ ਨੂੰ ਦੇਖਦੇ ਹੋ ਅੱਗੇ? ਦੂਜੇ ਪਾਸੇ ਇੰਡੀਆ ਗਠਜੋੜ ਹੈ, ਉਹਦੇ ਵਿੱਚ ਕਾਂਗਰਸ ਅਤੇ ਆਮ ਆਦਮੀ ਕੋਈ ਵੀ ਆ ਜੇ, ਪਰ BJP ਦੇ ਆਉਣ ਦਾ ਕਿਉਂ ਕਰਕੇ ਉਹਨਾਂ ਨੇ ਝੂਠੇ ਕੇਸ ਕੀਤੇ ਆ ਲੋਕਾਂ ਦੇ ਉੱਤੇ, ਝੂਠੇ ਲੋਕ ਫਸਾਤੇ ਹੈ ਸੁਪਰੀਮ ਕੋਰਟ ਦੇ ਉੱਤੇ, ਉਹਨਾਂ ਨੇ ਆਪਣਾ ਅਸਰ ਪਾ ਕੇ ਰਾਮ ਮੰਦਰ ਦਾ ਕੇਸ ਜਿੱਤ ਲਿਆ, ਕਸ਼ਮੀਰ ਦੇ ਵਿੱਚ 370 ਦਫਾ ਦਾ ਕੇਸ ਜਿੱਤ ਲਿਆ। ਤਾਂ ਮੇਰਾ ਮਤਲਬ ਹੈ ਕਿ ਲੋਕ ਬਿਲਕੁਲ ਨਿਰਾਸ਼ ਨੇ ਕਿ ਇਹਨਾਂ ਨੇ ਆਪਣੀ ਜਿਹੜੀ ਤਾਕਤ ਹੈ ਇਹ ਗਲਤ ਇਸਤੇਮਾਲ ਕੀਤੀ ਹੈ BJP ਅਤੇ RSS ਨੇ, ਜਿਨ੍ਹਾਂ ਨੇ ਸੁਪਰੀਮ ਕੋਰਟ ਨੂੰ ਵੀ ਲੰਬੀਆਂ ਪਾ ਲਿਆ। ਮਾਨ ਸਾਹਿਬ, ਆ ਜਾਓ, ਤੁਹਾਡੇ ਗੱਡੀ ਤੱਕ ਜਾਂਦਿਆਂ ਦੇ 1 ਮਿੰਟ ਦੀ ਗੱਲ ਕਰ ਲਾਂਗੇ। ਮੋਦੀ ਸਾਹਿਬ ਕਹਿੰਦੇ ਹੈ ਕਿ ਮੋਦੀ ਕੀ ਗਰੰਟੀ, ਗਰੰਟੀ ਪੂਰੀ ਕਰਨੇ ਕੀ ਗਰੰਟੀ? ਉਹ ਆਉਂਦੇ ਵੀ ਜਿੰਨੇ ਵਾਅਦੇ ਕੀਤੇ ਹੈ ਨਾ ਸਾਰੇ ਸਿਰੇ ਲਾ ਦੇਣੇ ਜੀ। ਜੀ, ਬਸ 2 ਮਿੰਟ 'ਚ ਕਰਾਉਂਦੇ ਆ ਜੀ। ਅੱਛਾ, ਦੱਸੋ
ਗਾਰੰਟੀ ਤਾਂ ਦਿੰਦਾ। ਤੁਸੀਂ ਗ੍ਰਸਤੀ ਆਦਮੀ ਹੋ, ਤੁਸੀਂ ਗ੍ਰਸਤ ਹੈਗੇ ਹੋ ਕਿ ਨਹੀਂ? ਮੈਂ ਤਾਂ ਹੈਗਾ ਜੀ। ਹੈ ਨਾ, ਫਿਰ ਤੁਹਾਡੇ ਘਰ ਵਾਲੇ ਤੁਹਾਡੇ ਨਾਲ ਰਹਿੰਦੇ ਹੈ ਕਿ ਨਹੀਂ ਜੀ? ਅਤੇ ਮੋਦੀ ਦੇ ਕਿਉਂ ਨਹੀਂ ਰਹਿੰਦੇ ਫਿਰ ਨਾਲ? ਉਹ ਕੀ ਗੱਲ ਹੈ? ਮਨਮੋਹਨ ਸਿੰਘ ਆਪਣੀ ਸਰਦਾਰੀ ਨੂੰ ਸਾਰੇ ਮੁਲਕਾਂ 'ਚ ਨਾਲ ਲੈ ਕੇ ਜਾਂਦਾ ਸੀਗਾ, ਅੱਛਾ ਲੱਗਦਾ ਸੀਗਾ। ਇਹ ਆਪਣੀ ਧਰਮ ਪਤਨੀ ਦੇ ਨਾਲ ਕਿਉਂ ਇੰਨਾ ਜਬਰ ਕਰ ਰਿਹਾ? ਅਤੇ ਵਿਮੈਨਸ ਕਮਿਸ਼ਨ ਕਿਉਂ ਨਹੀਂ ਨੋਟਿਸ ਲੈਂਦਾ? ਬੀਬੀਆਂ ਕਿਉਂ ਨਹੀਂ ਲੈਂਦੀਆਂ ਕਿ ਮੋਦੀ ਆਪਣੀ ਧਰਮ ਪਤਨੀ ਦੇ ਨਾਲ ਜਬਰ ਕਰ ਰਿਹਾ? ਸੋ ਬਹੁਤ ਬਹੁਤ ਸ਼ੁਕਰੀਆ ਮਾਨ ਸਾਹਿਬ। ਆਖਰੀ ਕਮੈਂਟ ਤੁਹਾਡਾ ਲੈਣਾ ਚਾਹੂੰਗਾ, ਕਿੱਥੇ ਸਥਿਤੀ ਦੇਖਦੇ ਹੋ ਅੱਜ? ਆਖਰੀ ਕਮੈਂਟ ਲੈਣਾ ਚਾਹੂੰਗਾ ਕਿ ਕਿੱਥੇ ਦੇਖਦੇ ਹੋ ਸਥਿਤੀ ਤੁਹਾਡੀ? ਆਜੋ ਆਜੋ ਤਾਂ ਭਾਈ ਮਾਨ ਸਾਹਿਬ ਦੇ ਨਾਲ ਕਹਿੰਦੇ ਬੀਬੀਆਂ ਨੇ ਫੋਟੋ ਖਿੱਚਵਾਉਣੀ ਹੈ, ਤਾਂ ਸ਼ਾਇਦ ਇਸੇ ਇਕੱਠ ਕਰਕੇ ਮਾਨ ਸਾਹਿਬ ਕਹਿੰਦੇ ਨੇ ਕਿ ਤੁਸੀਂ ਸਥਿਤੀ ਜਿਹੜੀ ਹੈ ਕਹਿੰਦੇ ਨੇ ਕਿ ਤੁਸੀਂ ਇਕੱਠ ਅਤੇ ਜੋ ਕੁਝ ਤਸਵੀਰ ਕਹਿੰਦੇ ਨਜ਼ਰ ਆ ਰਹੀ ਹੈ ਕਹਿੰਦੇ ਨੇ ਕਿ ਉਹਨੂੰ ਵੇਖ ਕੇ ਕਹਿੰਦੇ ਮੈਨੂੰ ਸਵਾਲ ਕਰੋ ਮਾਨ ਸਾਹਿਬ। ਆਖਰੀ ਕਮੈਂਟ, ਹਾਂ, ਕਿੱਥੇ ਦੇਖੀਏ ਤੁਹਾਡੀ ਪੋਜੀਸ਼ਨ ਨੂੰ ਅੱਜ? ਇਹਨਾਂ ਨੂੰ ਪੁੱਛੋ ਬੀਬੀਆਂ ਨੂੰ, ਇਹ ਸੱਚ ਬੋਲਦੀਆਂ ਹੁੰਦੀਆਂ, ਪੁੱਛ ਲਓ। ਬੀਬੀਆਂ ਤਾਂ ਹੁਣ ਤੁਹਾਡੇ ਕੋਲ ਆਈਆਂ ਜੀ, ਫਿਰ ਤੁਹਾਡੇ ਪ੍ਰੋਗਰਾਮ 'ਚ ਆਈਆਂ, ਇਹਨਾਂ ਦਾ ਤੁਹਾਡੇ ਨਾਲ ਦੀ ਗੱਲ ਕਰਨੀ? ਨਹੀਂ ਨਹੀਂ, ਇਹ ਬਹੁਤ ਹੁਸ਼ਿਆਰ ਹੁੰਦੀਆਂ, ਇਹ ਸੁਣਨ ਆਉਂਦੀਆਂ, ਮਰਜ਼ੀ ਆਪਣੀ ਕਰਦੀਆਂ। ਕੀ ਲੱਗਦਾ ਬੀਬੀਆਂ ਨੂੰ ਜੀ, ਬੀਬੀਆਂ ਨੂੰ ਕੀ ਲੱਗਦਾ ਜੀ, ਝੰਡਾ ਵੀ ਮਾਨ ਸਾਹਿਬ ਵਾਲਾ ਫੜਿਆ? ਜਿਤਾਵਾਂਗੇ ਜੀ ਕਹਿੰਦੇ। ਚਲੋ ਮਾਨ ਸਾਹਿਬ ਜ਼ੋਰ ਲਾ ਰਹੇ ਨੇ ਜੀ, ਤਾਂ ਦੇਖਦੇ ਹਾਂ ਇਸ ਵਾਰ ਦੇ ਨਤੀਜੇ ਕੀ ਰਹਿਣਗੇ। ਫਿਲਹਾਲ ਸਿਮਰਨਜੀਤ ਸਿੰਘ ਮਾਨ ਹੋਣੀ 78 ਸਾਲ ਦੀ ਉਮਰ ਦੇ ਵਿੱਚ ਇੱਕ ਵਾਰ ਫਿਰ ਤੋਂ ਚੋਣ ਮੈਦਾਨ ਦੇ ਵਿੱਚ ਨਿਤਰੇ ਨੇ। ਦੇਖਦੇ ਹਾਂ ਇਸ ਸਿਆਸੀ ਜੰਗ ਦੇ ਵਿੱਚ ਕਿਹੜਾ ਜਰਨੈਲ ਬਾਜ਼ੀ ਮਾਰਦਾ।